हीना खान दे हौसले नू सलाम। बीबी रजनी फिल्म दे रिलीज दा हर किसी नू इंतजार। एमी विर्क ते करण औजला दा बॉलीवुड दे विच धमाल ते केड़ी फिल्म ने बॉक्स ऑफिस ते कीता कमाल। एंटरटेनमेंट जगत दियां ए सारियां खबरां असी थानू सुनावांगे। चलो फिर करदे हां शुरू फनफ्लिक्स न्यूज़। मशहूर अदाकारा हीना खान जो एने दिनी ब्रेस्ट कैंसर दे नाल जूझ रहे ने। हीना खान ने अपने सोशल मीडिया अकाउंट ते पोस्ट सांझी कर अपने फैंस ते साथी कलाकारां दे नाल इस जानकारी नू सांझा कीता सी कि ओह ब्रेस्ट कैंसर दी तीसरी स्टेज ते हन। हाल ही दे विच हीना ने अपने वाल कटौंदियां दा एक वीडियो सांझा कीता जिस नू वेख फैंस उन्हां दे हौसले दी शलाघा करदे ते सेहत याबी दी दुआ करदे होए नजर आ रहे ने। पंजाबी फिल्म बीबी रजनी नू लैके दर्शकां दे विच बेहद उत्साह है। 30 अगस्त 2024 ਨੂੰ ਇਹ ਫਿਲਮ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋ ਜਾਵੇਗੀ। ਬੀਬੀ ਰਜਨੀ ਦੀ ਕਹਾਣੀ ਨੂੰ ਅਸੀਂ ਸਾਰਿਆਂ ਨੇ ਸੁਣਿਆ ਹੈ, ਸੋ ਵੱਡੇ ਪਰਦੇ ਤੇ ਇਸ ਫਿਲਮ ਦੀ ਕਹਾਣੀ ਨੂੰ ਵੇਖਣ ਲਈ ਉਤਸ਼ਾਹ ਤੇ ਬੰਦਾ ਹੈ। ਬੀਬੀ ਰਜਨੀ ਜਿਸ ਦਾ ਪਰਮਾਤਮਾ ਦੇ ਵਿੱਚ ਅਥਾਹ ਵਿਸ਼ਵਾਸ ਸੀ। ਇਹ ਫਿਲਮ 30 ਅਗਸਤ ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ। ਰੂਪੀ ਗਿੱਲ ਤੋਂ ਇਲਾਵਾ ਇਸ ਫਿਲਮ ਦੇ ਵਿੱਚ ਸਾਨੂੰ ਹੋਰ ਵੀ ਕਈ ਚਿਹਰੇ ਨਜ਼ਰ ਆਉਣ ਵਾਲੇ ਨੇ। ਬਹਰਹਾਲ ਤੇ ਪੰਜਾਬੀ ਸਿਨੇਮਾ ਦੇ ਵਿੱਚ ਇਸ ਫਿਲਮ ਦੇ ਰਿਲੀਜ਼ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਬਾਲੀਵੁੱਡ ਦੀਆਂ ਕਈ ਫਿਲਮਾਂ ਦੇ ਵਿੱਚ ਐਮੀ ਵਿਰਕ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ। ਹਾਲ ਹੀ ਦੇ ਵਿੱਚ ਉਹਨਾਂ ਦੀ ਫਿਲਮ ਬੈਡ ਨਿਊਜ਼ ਜੋ ਕਿ 19 ਜੁਲਾਈ ਨੂੰ ਰਿਲੀਜ਼ ਹੋ ਜਾਵੇਗੀ, ਇਸ ਦੇ ਵਿੱਚ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਦੇ ਨਾਲ ਆਪਣੀ ਕਲਾ ਦਾ ਜਾਦੂ ਬਖੇਰਦੇ ਨਜ਼ਰ ਆਉਣਗੇ ਗਾਇਕ ਐਕਟਰ ਐਮੀ ਵਿਰਕ। ਬੈਡ ਨਿਊਜ਼ ਫਿਲਮ ਦੇ ਵਿੱਚ ਮਸ਼ਹੂਰ ਗਾਇਕ ਕਰਨ ਔਜਲਾ ਦੇ ਗੀਤ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਗੀਤ 'ਤੇ ਸਾਨੂੰ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਪਰਫੋਰਮ ਕਰਦੇ ਹੋਏ ਨਜ਼ਰ ਆ ਰਹੇ ਨੇ। ਖਬਰਾਂ ਇਹ ਵੀ ਆ ਰਹੀਆਂ ਨੇ ਕਿ ਗਾਇਕ ਕਰਨ ਔਜਲਾ ਅਤੇ ਮਸ਼ਹੂਰ ਰੈਪਰ ਬਾਦਸ਼ਾਹ ਰਾਧਿਕਾ ਮਰਚੰਟ ਅਤੇ ਅਨੰਤ ਅੰਬਾਨੀ ਦੇ ਵਿਆਹ 'ਚ ਪਰਫੋਰਮ ਕਰਨਗੇ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਸ਼ਹੂਰ ਸਿੰਗਰ ਜਸਟਿਨ ਬੀਵਰ ਵੀ ਦੋਹਾਂ ਦੇ ਵਿਆਹ ਦੇ ਵਿੱਚ ਪਰਫੋਰਮ ਕਰਨਗੇ। ਜੈੱਟ ਐਂਡ ਜੂਲੀਅਟ 3 ਫਿਲਮ ਹਿੱਟ ਰਹੀ। ਕਲਕੀ ਫਿਲਮ ਕਈ ਸਾਰੇ ਰਿਕਾਰਡ ਤੋੜਦੀ ਹੋਈ ਨਜ਼ਰ ਆ ਰਹੀ ਹੈ। ਦਿਲਜੀਤ ਅਤੇ ਨੀਰੂ ਬਾਜਵਾ ਦੀ ਇਸ ਫਿਲਮ ਦਾ ਹਰ ਕਿਸੇ ਨੂੰ ਕਾਫੀ ਸਮੇਂ ਤੋਂ ਇੰਤਜ਼ਾਰ ਸੀ, ਸੋ ਕਾਫੀ ਲੰਬੇ ਸਮੇਂ ਬਾਅਦ ਰਿਲੀਜ਼ ਹੋਈ ਜੈੱਟ ਐਂਡ ਜੂਲੀਅਟ 3 ਫਿਲਮ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਐਂਟਰਟੇਨਮੈਂਟ ਜਗਤ ਦੀ ਹਰ ਖਬਰ ਲੈ ਕੇ ਅਸੀਂ ਤੁਹਾਡੇ ਨਾਲ ਜੁੜਦੇ ਰਹਾਂਗੇ। ਤਦ ਤੱਕ ਫਨਫਲਿਕਸ ਨੂੰ ਤੁਸੀਂ ਇਸੇ ਤਰ੍ਹਾਂ ਦਿੰਦੇ ਰਹੋ ਪਿਆਰ।